ਕੈਨੇਡਾ ਨੂੰ ਤਾਂ ਜਿੱਥੇ ਹੁਣ ਨਾ ਜਿਹੜੇ ਇੱਕ ਦਿਨ ਹੋਰ ਗੱਲ ਦੱਸਣ ਲੱਗਾ ਹਾਂ ਕੈਨੇਡਾ ਦੇ ਵਿੱਚ ਜਿਹੜੇ ਹੁਣ ਦੇ ਟਾਈਮ ਤੋਂ ਪਹਿਲਾਂ ਗਏ ਆ ਇਹ ਤਾਂ ਸ਼ੌਂਕ ਚਾਹ ਨਾਲ ਹੀ ਗਏ ਆ ਜਿਹੜੇ ਉਦੋਂ ਪਹਿਲਾਂ ਗਏ ਸੀ ਉਹ ਮਿਹਨਤ ਕਰਨ ਗਏ ਸੀ ਕੁਛ ਬਣਨ ਗਏ ਸੀਗੇ ਜਿਹੜੇ ਉਦੋਂ ਪਹਿਲਾਂ ਗਏ ਸੀ ਉਹ ਹੱਥ ਦੀ ਗਰੀਬੀ ਕੱਢਣ ਗਏ ਸੀਗੇ ਜਿਹੜੇ ਹੁਣ ਜਾਂਦੇ ਨੇ ਮਜਬੂਰੀਆਂ ਬਣਾ ਦਿੱਤੀਆਂ ਹੁਣ ਜਾਣਾ ਹੀ ਪੈਣਾ ਜੇ ਹੁਣ ਕਿਸੇ ਦੇ ਪੁੱਤ ਧੀਆਂ ਉੱਥੇ ਆ ਤਾਂ ਪਿਓ ਨੂੰ ਮਜਬੂਰ ਨੂੰ ਜਾਣਾ ਪੈਣਾ ਵਾ ਪਿਓ ਨੂੰ ਤੇ ਉਹ ਕਹਿੰਦੇ ਚੱਕ ਮੈਂ ਜਿਵੇਂ ਕਹਿੰਦੇ ਉਹਨੂੰ ਚੱਕ ਇਹਨਾਂ ਦਾ ਬੁੜਾ ਬੁੜੀ ਵੀ ਤੁਹਾਨੂੰ ਹਾਂ ਸਰ ਆਏ ਇਹ ਦੱਸੀ ਜੀ ਤੇ ਬਈ ਗੱਲ ਕਿਵੇਂ ਹੋਇਆ ਹਾਂ ਪਹਿਲਾਂ ਬੱਚਾ ਗਿਆ ਪਹਿਲਾਂ ਬੱਚਾ ਗਿਆ ਉਹਨਾਂ ਨੇ ਠੀਕ ਆ ਬੱਚਾ ਚਲਿਆ ਗਿਆ ਤਾਂ ਪੈਸੇ ਲੈ ਗਏ ਨਾਲ ਪੈਸੇ ਵੀ ਲੈ ਲਏ 20-25 ਲੱਖ ਲੈ ਕੇ ਜਾ ਕੇ ਲੇਬਰ ਵੀ ਮਿਲ ਗਈ ਪੜ੍ਹੀ ਪੜ੍ਹਾਈ ਲੇਬਰ ਪੜ੍ਹੀ ਲਿਖੀ ਲੇਬਰ ਜਿਹੜੀ ਨਾਲ ਪੈਸਾ ਲੈ ਕੇ ਆਉਂਦੀ ਆ ਫਿਰ ਉਹਨੇ ਸੋਚਿਆ ਉਧਰੋਂ ₹1000 ਪਾਉਣ ਦੇ ਡਾਲਰ ਉਹ ਕਹਿੰਦੇ ਪੈਸੇ ਜਾਂਦੇ ਕਿੱਥੇ ਆ ਕਹਿੰਦਾ ਪਿੱਛੇ ਬਜ਼ੁਰਗਾਂ ਨੂੰ ਜਾਂਦੇ ਵੀ ਚੱਕ ਲਿਓ ਅੰਦਰ ਜਿਹੜਾ ਪਰਿਵਾਰ ਨੇ ਉਹ ਵੀ ਚੱਕ ਲਿਓ ਲੇਬਰ ਹੀ ਬਣਾ ਦੇਣਾ ਤੁਹਾਡਾ ਪੈਸਾ ਕਿਵੇਂ ਤੁਹਾਨੂੰ ਵੱਧ ਕਰ ਦੇਣਗੇ ਕੈਨੇਡਾ ਇਹਨਾਂ ਦੇਸ਼ਾਂ ਦੇ ਵਿੱਚ ਰਿਸੈਸ਼ਨ ਆਉਣਾ ਹੁੰਦਾ ਨਾ ਵੀ ਇੱਕ ਵਾਰੀ ਸਾਲ ਆਉਂਦਾ ਕਿ ਨਹੀਂ ਆਉਂਦਾ ਨਾ ਜਿੰਨਾ ਤੁਹਾਡੇ ਕੋਲ ਜੁੜਿਆ ਹੁੰਦਾ ਉਦੋਂ ਕਢਾ ਦੇਣਾ ਉਹ ਤੁਹਾਨੂੰ ਬਸ ਨੱਪੀ ਰੱਖਣਾ ਤੁਹਾਨੂੰ ਮੇਰੀ ਗੱਲ ਇਹ ਸੀਗੀ ਜਿਹੜੀ ਹੋਣ ਵਾਲੀ ਪਨੀਰੀ ਆ ਨਾ ਇਹ ਮਜਬੂਰੀ ਜਾਂਦੀ ਹੈ ਕਿਸੇ ਦਾ ਭੈਣ ਭਰਾ ਉੱਥੇ ਆ ਕਿਸੇ ਦਾ ਕਈਆਂ ਨਾਲ ਇਹ ਵੀ ਵਾਪਰਿਆ ਉਹਨਾਂ ਨੇ ਆਪਦੇ ਇੱਕ ਭਰਾ ਨੂੰ ਕਰ ਲਈ ਕਿਲਾ ਡੇਢ ਕਿਲਾ ਜ਼ਮੀਨ ਸੀ ਵੇਚਤੀ ਉਹ ਬਾਹਰ ਚਲਿਆ ਗਿਆ ਉਦੋਂ ਬਾਅਦ ਸਾਰਾ ਪਰਿਵਾਰ ਇੱਥੇ ਉਹਨਾਂ ਨੂੰ ਹੁਣ ਉਹ ਵੀ ਗਵਾ ਲਈ ਆ ਤੇ ਇਧਰੋਂ ਇਧਰੋਂ ਵੀ ਟੈਨਸ਼ਨ ਹੋਰ ਰੁਪਈਆ 20-25 ਹਜ਼ਾਰ ਆਈ ਜਾਂਦਾ 20,000 ਰੁਪਇਆ ਮਹੀਨਾ ਹੁਣ ਘਰ ਚਲਾਉਣ ਵਾਸਤੇ ਭੇਜਦੇ ਆ ਤਾਂ ਸਭ ਜ਼ਿੰਦਗੀ ਹੋਈ ਆ ਮਹੀਨੇ ਕੁ ਪੈਸੇ ਮੈਂ ਭੇਜ ਦਿੰਦਾ ਸਰਕਲ ਚਲਾ ਲਓ ਮਜਬੂਰੀਆਂ ਬਣਾ ਦਿੰਦਾ ਵੀ ਚਲੋ ਜਾਣ ਬੁੱਝ ਕੇ ਮੈਂ ਇਹੀ ਕਹਿੰਦਾ ਆਪਦਾ ਆਸਾ ਪਾਸਾ ਆਲਾ ਦੁਆਲਾ ਵੇਖੋ ਤੁਹਾਡੇ ਹਰ ਜਗ੍ਹਾ ਕੀ ਹੋਈ ਜਾਂਦਾ ਉਧਰ ਵੀ ਜਿੱਥੇ ਸਟੂਡੈਂਟ ਜਿਹੜੇ ਆਪਣੇ ਮੁੰਡੇ ਕੁੜੀਆਂ ਦੇ ਕਹਿੰਦੇ ਵਿਚਾਰੀਆਂ ਦੇ ਬਹੁਤ ਔਖੇ ਹਾਲ ਆ ਸਟੂਡੈਂਟਾਂ ਦੇ ਉਹ ਇਸ ਕਰਕੇ ਕਿਉਂਕਿ ਉਹਨਾਂ ਨੂੰ ਰੂਮ ਨਹੀਂ ਮਿਲਦਾ ਕੰਮ ਨਹੀਂ ਮਿਲਦਾ ਅੱਜ ਮੈਨੂੰ ਪਤਾ ਲੱਗਿਆ ਇੱਕ ਨੇ ਫਰੋਡ ਕੀਤਾ ਕਹਿੰਦਾ ਕੋਈ ਭੈਣੇ ਤੈਨੂੰ ਕੰਮ ਕੁੜੀ ਕੇ ਤੈਨੂੰ ਕੰਮ ਦਵਾ ਦੇਣੇ ਨੰਬਰ ਦੇ ਤਾ ਜਦੋਂ ਵਿਚਾਰੀ ਉੱਥੇ ਗਈ ਉੱਥੇ ਘਰ ਦੇ ਅੰਦਰ ਰੇਪ ਦੀ ਕੋਸ਼ਿਸ਼ ਕੀਤੀ ਦੱਸ ਯਾਰ ਵੀ ਮਜਬੂਰੀਆਂ ਬਣਾਈਆਂ ਕੁੜੀਆਂ ਉੱਥੇ ਕਹਿੰਦਾ ਤੇ ਉੱਥੇ ਆਪਣੇ ਮੁੰਡੇ ਫਾਇਦਾ ਚੱਕਦੇ ਯਾਰ ਉਹੀ ਤਾਂ ਕਹਿੰਦਾ ਫਿਰ ਇੱਥੇ ਮੈਂ ਉਹੀ ਗੱਲ ਕਰਦਾ ਵੀ ਇੱਥੇ ਤੁਸੀਂ 4-4 ਘੰਟੇ ਕੰਮ ਕਰਕੇ ਰਾਜੀ ਨਹੀਂ ਗਏ ਯਾਰ ਆਪਦੀ ਜ਼ਮੀਨੀ ਲੈਵਲ ਨਾਲ ਜਿੰਨਾ ਚਿਰ ਨਹੀਂ ਜੁੜਦੇ ਲੱਖ ਤੁਸੀਂ ਮੈਂ ਹੁਣ ਕੈਪਟਨ ਅਮਰਿੰਦਰ ਆਇਆ ਫੈਕਟਰੀਆਂ ਲਾ ਦੂੰ ਪੰਜਾਬ ਚ ਭਈਏ ਵਾੜੇ ਫੈਕਟਰੀਆਂ ਚ ਦੱਸੋ ਕਿਹਨੂੰ ਰੁਜ਼ਗਾਰ ਮਿਲਿਆ ਪੰਜਾਬੀ ਨੂੰ ਜੇ ਹੈਗੇ ਵੀ 3-4 ਰੱਖੇ ਬਸ ਠੀਕ ਠਾਕ ਬਾਕੀ ਵੇਲੋ ਕੀ ਆ ਸੋ ਉਹ ਕਰਨ ਵਾਲਾ ਗਲਤ ਆ ਉਹ ਮਜਬੂਰੀ ਨਾਲ ਉਹ ਕੁੜੀ ਨਾਲ ਗਲਤ ਕੀਤਾ ਉਹਨਾਂ ਨੇ ਗਲਤ ਕੀਤਾ ਬਾਈ ਬਹੁਤ ਗਲਤ ਕੀਤਾ ਪਰ ਗੱਲ ਮੈਂ ਇਹ ਕਰਦਾ ਵੀ ਤੁਸੀਂ ਇੱਥੋਂ ਜਾ ਕੇ ਉੱਥੇ ਆ ਮਜਬੂਰੀਆਂ ਜੋ ਕਰਦੇ ਇੱਥੇ ਰਾਜ ਕਿਉਂ ਨਹੀਂ ਕਰਦੇ ਇਹਨੂੰ ਕਿਉਂ ਨਹੀਂ ਸਾਂਭਦੇ ਯਾਦ ਕਰੋ ਅਸਲ ਆਪਦਾ ਤੁਸੀਂ ਹੈ ਕੌਣ ਆ ਹਾਂ ਵੇਖੋ ਪਹਿਲਾਂ ਜਾਤੀ ਮੈਂ ਅੱਜ ਤੋਂ ਇਹ ਬੇਨਤੀ ਵੀ ਕਰਦਾ ਜਿਹਨੂੰ ਨਹੀਂ ਨਾ ਪਤਾ ਇਹਦੇ ਬਾਰੇ ਸਿੱਖ ਕੌਮ ਬਾਰੇ ਤੇ ਪੰਜਾਬ ਬਾਰੇ ਜਿਹਨੂੰ ਨਹੀਂ ਪਤਾ ਹੁਣ ਤੋਂ ਮਾੜੀ ਕੋਸ਼ਿਸ਼ ਮਾਰੋ ਹੁੰਦਾ ਛੇਦੀ ਸੈੱਟ ਆ ਬਾਲੇ ਕਿਤਾਬਾਂ ਪੜ੍ਹਨ ਦੀ ਲੋੜ ਨਹੀਂ ਫੋਨ ਖੋਲਣ ਮਰਜ਼ੀ ਸੁਣੀ ਜਾਓ ਸਾਰੀ ਜਾਣਕਾਰੀ ਤੁਹਾਡੇ ਕੋਲੇ ਪਈ ਹੈ ਪਰ ਤੁਸੀਂ ਦਿਮਾਗ ਸਹੀ ਅਸਲ ਉਹਨਾਂ ਨੇ ਆਪਾਂ ਨੂੰ ਲੇਬਰ ਬਣਾਇਆ ਪਿਆ ਵੀ ਦਿਮਾਗ ਰੱਖਣਾ ਹੀ ਉੱਥੋਂ ਤੱਕ ਵੀ ਇੰਨਾ ਦਾ ਸਰਕਲ ਜਿਹਾ ਚਲਾਉਣਾ ਹੁਣ 18-25 ਸਾਲ ਵਾਲੇ ਮੁੰਡਿਆਂ ਨੂੰ ਕਹਿ ਦੇ ਵੀ ਸਿੱਖ ਦੀ ਹਿਸਟਰੀ ਪੜ੍ਹ ਲੈ ਨਾ ਗਾਣੇ ਵੇਖਣਗੇ ਆ ਹੋਰ ਚੀਜ਼ਾਂ ਵੇਖਣਗੇ ਉਧਰ ਦਿਮਾਗ ਹੀ ਨਹੀਂ ਨਾ ਉਹੀ ਤੇਰੀ ਗੱਲ ਸਹੀ ਇਹ ਤਾਂ ਛੱਡ ਤੂੰ ਇਹ ਤਾਂ ਸਲਮਾਨ ਖਾਨ ਦੇ ਫੈਨ ਆ ਇਹ ਫੈਨ ਆ ਕਿਸੇ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਫੈਨ ਨਹੀਂਗੇ ਇਹ ਸਭ ਜਰਨੈਲ ਸਿੰਘ ਪਿੰਡਰਾਲੇ ਦੇ ਫੈਨ ਨਹੀਂਗੇ ਇਹ ਹੈਗੇ ਐਵੇਂ ਲੰਡੂ ਸਾਡੇ ਬੱਚੇ ਬੱਚੇ 3-4 ਸਾਲ ਦੇ ਉਹ ਛੋਟੇ ਸਾਹਿਬਜ਼ਾਦਿਆਂ ਦੇ ਫੈਨ ਨਹੀਂਗੇ ਕਿੱਡੀ ਯਾਰ ਇਹ ਗੱਲ ਮਾੜੀ ਇਹ ਤਾਂ ਸਾਡਾ ਧੁਰਮ ਉਹ ਬਣ ਗਿਆ ਨਾ ਸਾਡੇ ਜਿਹੜੇ ਮੋਢੀ ਆ ਜੇ ਉਹਨਾਂ ਨੇ ਇਹ ਚੀਜ਼ ਨੂੰ ਰੱਖਿਆ ਹੁੰਦਾ ਸਮਝਾਇਆ ਹੁੰਦਾ ਸਿਰਫ ਕਾਹਦੇ ਲਈ ਆਪ ਚੌਧਰਾ ਲੈਣ ਲਈ ਲੋਕਾਂ ਦੇ ਰਾਜ ਕਰਨ ਲਈ ਤੋਂ ਇਹ ਨੀਤੀ ਇਹਨਾਂ ਚ ਬੜੀ ਵੀ ਸੀ ਕਿਹੜਾ ਇੱਕ ਦੇ ਅੱਜ ਦਾ ਚੱਲੀ ਜਾਂਦਾ ਪਲਾਨ ਬਹੁਤ ਪੁਰਾਣਾ ਠੀਕ ਹੈ ਨਾ ਇਹਨਾਂ ਨੇ ਧਿਆਨ ਦੱਸਿਆ ਹੀ ਨੀ ਗਿਆ ਸਾਡੇ ਜਾਤਾਂ ਪਤਾ ਸਿੱਖ ਕੌਮ ਕਿਵੇਂ ਜਾਤਪਾਤ ਚ ਬਣਦੇ ਊ ਅਸੀਂ ਬਾਹਰ ਦੁਨੀਆਂ ਚ ਕਹਿੰਦੇ ਬਈ ਜਾਤਪਾਤ ਨੂੰ ਮੰਨਦੇ ਨੀ ਤੇ ਇੱਥੇ ਦੱਸੋ ਜੇ ਨੀ ਪੰਜਾਬ ਦੇ ਵਿੱਚ ਜਾਤਪਾਤਾਂ ਫੋਲਾ ਜਾਤ ਪਾਤ ਕਰਕੇ ਤਾਂ ਇੱਥੇ ਕਲੇਸ਼ ਹੋ ਜਾਂਦੇ ਆ ਉਧਰ ਵੇਲਾ ਇੱਕ ਵੀਡੀਓ ਪਾਈ ਤਾਂ ਕੀ ਕਰੀ ਜਾਂਦੇ ਆ ਜਾਤ ਪਾਤ ਤੇ ਗੱਲ ਮੈਂ ਇਹ ਸੀਗਾ ਵੀ ਆ ਚੀਜ਼ਾਂ ਜਾਣਾ ਨਿਕਲੋ ਇੱਧਰ ਸਹੀ ਪਾਸੇ ਆਓ ਕਿਵੇਂ ਜਦੋਂ ਲੱਗ ਪਏ ਆ ਆਪਸ ਵਿੱਚ ਜਦੋਂ ਲੱਗ ਗਏ ਲਮਾਈ ਨਹੀਂ ਪਰ ਅਸੀਂ ਬਾਹਰ ਕਿਹੜੇ ਹਿਸਾਬ ਨਾਲ ਕਹਿੰਦੇ ਵੀ ਸਾਡੇ ਸਿੱਖਾਂ ਦੇ ਸਿਧਾਂਤ ਆ ਵੀ ਸਾਡਾ ਕੋਈ ਜਾਤ ਪਾਤ ਨਹੀਂਗਾ ਅਸੀਂ ਇਹ ਮੰਨਦੇ ਨਹੀਂਗੇ ਅਸੀਂ ਨਹੀਂ ਮੰਨਦੇ ਬਈ ਬਿਲਕੁਲ ਫਿਰ ਉਹ ਪਰ ਉਧਰ ਜਾ ਕੇ ਲੰਗਰ ਲਾਉਣੇ ਫਿਰਦੇ ਆ ਕਿਸੇ ਨੂੰ ਕੁੱਕ ਕਰਦੇ ਫਿਰਦੇ ਬਾਹਰ ਪੰਜਾਬ ਥੋੜਾ ਜਿਹਾ ਧਿਆਨ ਨਹੀਂ ਰੱਖਦੇ ਮੈਂ ਤੁਹਾਨੂੰ ਸੱਚੀ ਗੱਲ ਦੱਸਣ ਲੱਗਾ ਸਮਾਜ ਸੇਵੀਆਂ ਨੂੰ ਮੈਂ ਦੇਖਿਆ ਬਹੁਤਿਆਂ ਨੂੰ ਤੇ ਕੁਛ ਮੈਂ ਕੁਛ ਖਾਸ ਬੰਦਿਆਂ ਨੂੰ ਇਹ ਜਿਹਾ ਨੂੰ ਵੇਖਿਆ ਬੰਦੇ ਲਾਜ ਲੋ ਮਰੀ ਜਾਂਦੇ ਆ ਉਹਨਾਂ ਦਾ ਪਤਾ ਏੜਕੀ ਕਢਾਈ ਵੀ ਆ ਜੇ ਕਿਸੇ ਕੋਲੇ ਪੈਸਾ ਆਇਆ ਨਹੀਂ ਕਿਸੇ ਕੋਈ ਕੋਈ ਮਜਬੂਰੀ ਹੈ ਕੁਛ ਸਾਨੂੰ ਦੱਸੋ ਅਸੀਂ ਇਲਾਜ ਕਰਾਵਾਂਗੇ ਕਿਉਂ ਬਾਹਰਲੇ ਲੋਕ ਭੇਜੀ ਜਾਂਦੇ ਪੈਸਾ ਬਾਹਰਲੇ ਲੋਕਾਂ ਦਾ ਇਹ ਬਹੁਤ ਵੱਡਾ ਯੋਗਦਾਨ ਆ ਉਹ ਪੰਜਾਬ ਬਹੁਤ ਹੈਲਪ ਕਰਦੇ ਐਨਆਰਏ ਲੋਕ ਆਪਣੇ ਤੇ ਇੱਥੇ ਉਹ ਬੰਦੇ ਆ ਜਦੋਂ ਫੋਨ ਲਾਈਦਾ ਵੀ ਇਹਦੇ ਕੋਲੇ ਜਮਾ ਹੀ ਪੈਸਾ ਹੈ ਨੀਗਾ ਇਹਦੇ ਇਲਾਜ ਵਾਸਤੇ ਉਹ ਕਹਿੰਦਾ ਤੂੰ ਫਲਾਣੇ ਜਾ ਕੇ ਥਾਂ ਜਾ ਕੇ ਪਹਿਲਾਂ ਡਾਕਟਰ ਨੂੰ ਵਿਖਾ ਕੇ ਆ ਉਹ ਜਦੋਂ ਪਿਓ ਆ ਕਿ ਇਹਨੇ ਪੈਸਾ ਹੀ ਨੀਗਾ ਤੇ ਤੁਸੀਂ ਕਿ ਇਹਨੇ ਪੈਸਾ ਜਿਹਦੇ ਕੋਲ ਪੈਸਾ ਨਹੀਂ ਇਲਾਜ ਕਰਾਂਗੇ ਆਪਣੇ ਪੰਜਾਬ ਚ ਆ ਕੇ ਸਾ ਯਾਰ ਇਹਦਾ ਰੁਜ਼ਗਾਰ ਬਣਾ ਬਿਜ਼ਨਸ ਬਣ ਚੁੱਕੇ ਆ ਇਹ ਇਹ ਚੀਜ਼ ਨੂੰ ਮੇਰੀ ਗੱਲ ਸੁਣੋ ਅੱਖਾਂ ਮੂਰੇ ਹਕੀਕੀ ਵੇਖ ਕੇ ਜੋ ਅੱਜ ਹੈ ਇਹੀ ਸੱਚ ਆ ਅੱਖਾਂ ਸਾਹਮਣੇ ਹਕੀਕੀ ਵੇਖ ਕੇ ਚੁੱਪ ਕਦੋਂ ਬੈਠੇ
ਨੋ ਪੁੱਤ ਨੂੰ ਲੈ ਕੇ ਮਾਂ ਪਿਓ ਨਾਲ ਵੱਡ ਹੁੰਦੀ ਹੈ ਨਾ ਤੇ ਕੱਲ ਨੂੰ ਤੁਸੀਂ ਤੁਹਾਨੂੰ ਕੀ ਲੱਗਦਾ ਵੀ ਤੁਹਾਡਾ ਜਿਹੜਾ ਜੰਮੋਗੇ ਜਵਾਕਲਾ ਤੁਹਾਨੂੰ ਨਾਲ ਰੱਖੂਗਾ ਤੁਹਾਡੇ 76 ਫਿਰਨੇ ਹੋਣੇ 76 ਇਹ ਸਮਾਂ ਅੱਜ ਕੰਟਰੋਲ ਕਰੋ ਇਹਨੂੰ ਆਪ ਦੇ ਆਲੇ ਦੁਆਲੇ ਕੰਟਰੋਲ ਕਰੋ ਦਿਸੀ ਜਾਂਦਾ ਜਿਹੜੀ ਅੱਖੀ ਦਿਸੀ ਜਾਂਦੀ ਹੈ ਫਰਕ ਪਤਾ ਕੀ ਹੁੰਦਾ ਸਾਡਾ ਕੀ ਉਹਨਾਂ ਨੇ ਲੇਬਰ ਬਣਾ ਲਿਆ ਇਹਨਾਂ ਨੂੰ ਦਿਮਾਗ ਇਹਨੇ ਵਿਕਸਿਤ ਨਹੀਂ ਹੋਣ ਦਿੱਤੇ ਵਿਕਸਿਤ ਨਹੀਂ ਹੋਣ ਦਿੱਤੇ ਵੀ ਇਹ ਕੰਮ ਦਾ ਕੀ ਬਦਲ ਰਹਿਣਾ ਉਹਦੇ ਤੱਕ ਇਹ ਉੱਥੋਂ ਤੱਕ ਸੋਚ ਹੀ ਨਾ ਸਕਣ ਬਿਲਕੁਲ ਸਾਡਾ ਰਾਜ ਗਿਆ ਰਾਜ ਕੋਈ ਕਰਦਾ ਸਾਡਾ ਰਾਜ ਹੁੰਦਾ ਸੀਗਾ ਚੰਦ ਬੰਦੇ ਆ ਕੁਛ ਜਿਹਨਾਂ ਨੂੰ ਹੈਗਾ ਦਿਲ ਚ ਤੇ ਦੂਜਿਆਂ ਨੂੰ ਤਾਂ ਆਈ ਆ ਤੂੰ ਆਪਣਾ ਘਰ ਵੇਖ ਰੱਖ ਕਿਵੇਂ ਆ ਬਲਵਿੰਦਰ ਚਟਾਣੇ ਦੇ ਨਾਂ ਤੇ ਸਰਚਾਂ ਬਹੁਤ ਮਾਰ ਲੀਆਂ ਬਲਵਿੰਦਰ ਚਟਾਣੇ ਦਾ ਪਰਿਵਾਰ ਦੋ ਕਮਰਿਆਂ ਦੇ ਵਿੱਚ ਰਹਿੰਦਾ ਅੱਜ ਵੀ ਦੋ ਕਮਰਿਆਂ ਦੇ ਵਿੱਚ ਦੋ ਕਮਰੇ ਆ ਜਨਰਲ ਸੁਬੇਕ ਸਿੰਘ ਦਾ ਘਰ ਨਹੀਂ ਸੰਭਾਲ ਸਕੇ ਜਿਹੜੇ ਹੱਥ ਖੜੇ ਕਰਕੇ ਆਏ ਉਹਨਾਂ ਕੋਲੇ 1500 ਗੱਲਾਂ ਤੇ ਜਿਹੜੇ ਉਹ ਖੰਡੇ ਧਾਰ ਦੇ ਨੱਚ ਗਏ ਪਰਵਾਨੇ ਪਰ ਪਰਵਾਨਿਆਂ ਦੇ ਨਾਂ ਰਹਿੰਦੇ ਆ ਬਿਲਕੁਲ ਪਰਵਾਨਿਆਂ ਦੇ ਨਾਂ ਹੀ ਰਹਿੰਦੇ ਇਹੀ ਕਮਾਈ ਆ ਉਹਨਾਂ ਦੀ ਜਿਵੇਂ ਮੂਸੇ ਵਾਲਾ ਕਹਿੰਦਾ ਹੁੰਦਾ ਬਲਵਿੰਦਰ ਚਟਾਣਾ ਤਾਂ ਇਹ ਸਾਨੂੰ ਸੋਚਣ ਦੀ ਲੋੜ ਆ ਜੋ ਸਮਾਜ ਚ ਵਾਪਰ ਰਿਹਾ ਉਹਦੀ ਗੱਲ ਕਰਦਾ ਚਲੋ ਪਰਵਾਨਿਆਂ ਨੇ ਤਾਂ ਐ ਸੀਗਾ ਪਰ ਗੱਲ ਕੀ ਆ ਵੀ ਇਹਨਾਂ ਨੂੰ ਵੇਖੋ ਦਿਮਾਗ ਨਾਲ ਗੱਲ ਸੋਚੋ ਵੀ ਜਿਹੜੇ ਹੱਥ ਖੜੇ ਕਰਕੇ ਨਿਕਲੇ ਉਹਨਾਂ ਕੋਲ 1500 ਗੱਲਾਂ ਪਈ ਆ ਹੈ ਤੇ ਮੋਢੀ ਹੋਏ ਬੈਠੇ ਆ ਕਿਉਂ ਉਹ ਉਸ ਸ਼ਹੀਦ ਤੇ ਪਵਿੱਤਰ ਰੂਹਾਂ ਦੀਆਂ ਦੇਹਾਂ ਤੇ ਸਿਆਸਤ ਨਾਲ ਹੀ ਖੇਡ ਗਏ ਬਿਲਕੁਲ ਹਰੇਕ ਧੰਦਾ ਚਾਹੇ ਰਾਜਨੀਤੀ ਹੈ ਚਾਹੇ ਬਾਬੇ ਦਾ ਧੰਦਾ ਚਾਹੇ ਕੋਈ ਵੀ ਹਰੇਕ ਧੰਦਾ ਡਰ ਦਾ ਸਿਸਟਮ ਹੈ ਜਿੰਨਾ ਤੁਹਾਨੂੰ ਡਰਾਤਾ ਜਿਵੇਂ ਹੁਣ ਬੋਲਦੇ ਕਿਉਂ ਨੀ ਲੋਕ ਬੋਲਾਂਗੇ ਚੱਕ ਕੇ ਲੈ ਜਾਣਗੇ ਬਾਹਰ ਦਾ ਵੀਜ਼ਾ ਰੁਕ ਜੂਗਾ ਜੇਲ੍ਹ ਸੁੱਟ ਦੇਣਗੇ ਪਰਚੇ ਪਾ ਦੇਣਗੇ ਮਾਰਨਗੇ ਉਹ ਵੀ ਡਰਾ ਕੇ ਰੱਖਿਆ ਬਾਬੇ ਨੇ ਵੀ ਐਵੇਂ ਡਰਾਈ ਤੁਰੇ ਜਾਣਾ ਵੀ ਪਤਾ ਨੀ ਦਿਮਾਗੀ ਤੁਰਦਾ ਭੂਤਾ ਡਰਦਾ ਨਾਲ ਉਹ ਨਾ ਹੀ ਹੁੰਦਾ ਜਦੋਂ ਡਰਦਾ ਹਰੇਕ ਧੰਦਾ ਇਹ ਡਰਦਾ ਜਿੰਨਾ ਤੁਸੀਂ ਡਰੋਗੇ ਓਨੇ ਗੁਲਾਮ ਬਣੀ ਜਾਓਗੇ ਜਿੰਨੇ ਨਿਡਰ ਹੋ ਜਾਓਗੇ ਓਨੇ ਤੁਸੀਂ ਯਾਦ ਹੋਈ ਜਾਓਗੇ।